ਪਰ ਸਾਡੇ ਵਿੱਚ ਸ਼ਕਤੀ ਨਹੀਂ ਕਿ ਅਸੀਂ ਸਮੇਂ ਦੇ ਗੇੜ ਨੂੰ ਮੰਤਰਾਂ ਨਾਲ ਬਦਲ ਦੇਈਏ। ਅਸੀਂ ਇਸੇ ਵਿੱਚੋਂ ਸਤਿਗੁਰਾਂ ਦਾ ਆਸਰਾ ਲੈ ਕੇ ਸੁਖਦਾਈ ਰਾਹ ਕੱਢਣਾ ਹੈ, ਜਿਸ ਤੋਂ ਵਰਤਮਾਨ ਸਮੇਂ ਦੀ ਤਾਲੀਮ ਪਾ ਕੇ ਵੀ ਅਸੀਂ ਸਿੱਖੀ ਸਿਦਕ ਵਿੱਚ ਦ੍ਰਿੜ ਰਹਿ ਕੇ ਦੇਸ਼ ਅਤੇ ਕੌਮ ਲਈ ਸੁੱਖ ਦਾ ਕਾਰਨ ਬਣੀਏ। ਅਰ ਇਹ ਤਦ ਹੀ ਹੋ ਸਕਦਾ ਹੈ ਜੇ ਛੋਟੀ ਉਮਰ ਵਿੱਚ ਹੀ ਹੋਰ ਸੰਸਕਾਰ ਪੈਦਾ ਕਰਨ ਤੋਂ ਪਹਿਲਾਂ, ਹੋਰ ਸੰਸਕਾਰ ਪੈਣ ਤੋਂ ਪਹਿਲਾਂ ਬੱਚਿਆਂ ਦੇ ਮਨ ਵਿੱਚ ਇੱਕ ਓਅੰਕਾਰ, ਸਤਨਾਮ, ਕਰਤਾ ਪੁਰਖ, ਨਿਰਭਉ, ਨਿਰਵੈਰ ਨਿਵਾਸ ਕਰ ਜਾਵੇ। ਇਹ ਤਦ ਹੀ ਵਸੇਗਾ ਜੇ ਮਾਤਾ ਅਤੇ ਪਿਤਾ ਦੋਵੇਂ ਗੁਰੂ ਨਾਨਕ ਦੇਵ ਜੀ ਦੇ ਦੱਸੇ ਰਾਹ 'ਤੇ ਤੁਰਨ ਵਾਲੇ ਹੋਣ, ਔਰ ਉਹਨਾਂ ਨੂੰ ਹੋਰ ਸਿੱਖਿਆ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਪ੍ਰਾਪਤ ਹੋਈ ਹੋਵੇ। ਇਸ ਤਾਲੀਮ ਦੀ ਕਮੀ ਕਰਕੇ ਹੀ ਅਨੇਕਾਂ ਹੀ ਸਾਡੇ ਜਿਹੜੇ ਬੱਚੇ ਨੇ ਉਹ ਅੱਜ ਪਤਿਤ ਹੋ ਜਾਂਦੇ ਨੇ, ਅਤੇ ਕਈ ਸਿੱਖ ਸਕੂਲਾਂ ਵਿੱਚ ਪੜ੍ਹੇ ਵਿਦਿਆਰਥੀ ਵੀ ਗੁਰਮੁਖੀ ਲਿਪੀ ਤੋਂ, ਪੰਜਾਬੀ ਤੋਂ ਕੋਰੇ ਹੁੰਦੇ ਨੇ। ਜੇ ਅਸੀਂ ਸਿੱਖੀ ਦੇ 3 ਨਿਯਮਾਂ, ਨਾਮ, ਦਾਨ ਅਤੇ ਇਸਨਾਨ ਦਾ ਭਾਵ ਸਮਝ ਲਈਏ ਅਤੇ ਸਤਿਗੁਰਾਂ ਦੇ ਆਸ਼ੇ ਅਨੁਸਾਰ ਅਮਲ ਕਰਨ ਦਾ ਪੱਕਾ ਸੰਕਲਪ ਧਾਰੀਏ, ਤਾਂ ਸਾਰੀਆਂ ਕਠਿਨਾਈਆਂ ਦੂਰ ਹੋ ਸਕਦੀਆਂ ਹਨ। ਅਸੀਂ ਜਦ ਕਲੇਸ਼ ਪਾਇਆ ਹੈ, ਪਾ ਰਹੇ ਹਾਂ ਅਤੇ ਪਾਵਾਂਗੇ, ਤਾਂ ਇਹਨਾਂ 3 ਨਿਯਮਾਂ, ਨਾਮ, ਦਾਨ ਅਤੇ ਇਸਨਾਨ ਨੂੰ ਭੁੱਲਣ ਦਾ ਕਾਰਨ ਹੀ ਹੋਵੇਗਾ। ਸਭ ਤੋਂ ਪਹਿਲਾਂ ਹੈ ਨਾਮ। ਨਾਮ ਦਾ ਭਾਵ ਹੈ ਕਿ ਅਸੀਂ ਕਦੇ ਆਪਣੇ ਸਿਰਜਣਹਾਰ ਦਾ ਤਾਰ ਨੂੰ ਨਾ ਭੁੱਲੀਏ ਔਰ ਉਸਨੂੰ ਹਰ ਵੇਲੇ ਹਾਜ਼ਰ ਨਾਜ਼ਰ ਮੰਨੀਏ। ਜਿਨ੍ਹਾਂ ਨੂੰ ਨਾਮ ਦਾ ਰਸ ਆਇਆ ਹੈ ਅਤੇ ਨਾਮ ਦੇ ਅਖੰਡ ਚਿੰਤਨ ਵਿੱਚ ਤਾਰ ਜੁੜੀ ਹੈ, ਉਹਨਾਂ ਨੂੰ ਆਪ ਤਾਂ ਕਲੇਸ਼ ਕੀ ਵਿਆਪਣਾ ਸੀ, ਉਹਨਾਂ ਦੇ ਦਰਸ਼ਨ ਕੀਤਿਆਂ ਆਦੀ, ਵਿਆਦੀ ਅਤੇ ਉਪਾਧੀ 3 ਤਾਪ ਦੂਰ ਹੁੰਦੇ ਨੇ। ਸਿੱਖੀ ਦਾ ਦੂਜਾ ਨਿਯਮ ਹੈ ਦਾਨ। ਜੇ ਅਸੀਂ ਸਾਰੇ ਕਾਲ ਖਾਏ ਕਿਸ ਹੱਥੋਂ ਦੇ 'ਤੇ ਅਮਲ ਕਰੀਏ ਅਤੇ ਗੁਰੂ ਸਾਹਿਬ ਦੇ ਦਸਵੰਦ ਦੇਣ ਦੇ ਨਿਯਮ ਨੂੰ ਸਾਵਧਾਨਤਾ ਨਾਲ ਪਾਲੀਏ, ਤਾਂ ਸਾਡੇ ਵਿੱਦਿਅਕ ਸੰਸਥਾਨ ਇਤਨੀ ਤਰੱਕੀ ਕਰ ਜਾਣ ਜਿਸ ਨੂੰ ਵੇਖ ਕੇ ਪੜੋਸੀ ਭਾਈ ਵੀ ਦੰਗ ਰਹਿ ਜਾਣ। ਸਿੱਖੀ ਦਾ ਤੀਜਾ ਨਿਯਮ ਹੈ ਇਸਨਾਨ। ਸਨਾ ਧਾਤੂ ਦਾ ਅਰਥ ਹੈ ਸਫਾਈ, ਪਵਿੱਤਰਤਾ, ਜਿਸ ਤੋਂ ਇਸਨਾਨ ਸ਼ਬਦ ਬਣਿਆ। ਜੇ ਅਸੀਂ ਸਤਿਗੁਰੂ ਦੇ ਉਪਦੇਸ਼ ਕੀਤੇ ਇਸਨਾਨ 'ਤੇ ਅਮਲ ਕਰੀਏ ਤਾਂ ਸਾਡੇ ਮਨ ਅਤੇ ਤਨ ਦੇ ਸਾਰੇ ਰੋਗ ਅਤੇ ਸੋਗ ਇੱਕਦਮ ਲੋਪ ਹੋ ਜਾਣ। ਮਨ ਅਤੇ ਤਨ ਨੂੰ ਮੈਲ ਤੋਂ ਰਹਿਤ ਨਿਰਮਲ ਬਣਾਉਣਾ ਹੈ। ਇਸੇ ਕਰਕੇ ਤਾਂ ਭਾਈ ਗੁਰਦਾਸ ਨੇ ਕਿਹਾ ਹੈ, ਨਾਨਕ ਨਿਰਮਲ ਪੰਥ ਚਲਾਇਆ, ਪਰੰਤੂ ਇਸਨਾਨ ਦੇ ਅਸਲੀ ਅਰਥ ਸਮਝੇ ਬਗੈਰ ਨਿਤ ਪਾਣੀ ਨਾਲ ਨਹਾ ਕੇ ਵੀ ਅਸੀਂ ਪਵਿੱਤਰ ਨਹੀਂ ਹੋ ਸਕਦੇ। ਇਸਨਾਨ ਦੇ ਅਸਰ ਨਾਲ ਅਸੀਂ ਅਰੋਗਤਾ ਹੀ ਨਾ ਹਾਸਲ ਕਰੀਏ, ਸਗੋਂ ਮਨ ਦੀ ਮੈਲ ਮਿੱਟ ਜਾਣ ਕਰਕੇ ਆਪੋ ਵਿੱਚੀ ਸਾਰੇ ਗੁਰੂ ਨਾਨਕ ਪੰਥੀਆਂ ਦੇ ਨਫਾਕ ਦੂਰ ਹੋ ਜਾਣ, ਸਿੱਖ ਕੌਮ ਦੀ ਫੁੱਟ ਦੂਰ ਹੋ ਜਾਵੇ। ਫਿਰ ਨਾ ਕੋਈ ਕਿਸੇ ਨੂੰ ਨਿੰਦੇ, ਨਾ ਧੜੇਬਾਜ਼ੀ ਕਰਕੇ ਪੰਥ ਨੂੰ ਖੇਰੂ ਕਰੇ। ਹਰੇ ਭਾਈ ਮਾਤਾ ਸਾਹਿਬ ਕੌਰ ਦੀ ਗੋਦੀ ਵਿੱਚ ਬੈਠ ਕੇ ਪਰਮ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੱਥ ਸਿਰ 'ਤੇ ਰਖਵਾ ਕੇ ਇਹ ਆਸ਼ੀਰਵਾਦ ਪ੍ਰਾਪਤ ਕਰਨ ਕਿ ਹੇ ਮੇਰੇ ਸ਼ੂਰਵੀਰ ਬਹਾਦਰੋ, ਹੁਣ ਤੁਸੀਂ ਮੇਰੇ ਪੁੱਤਰ ਕਹਾਉਣ ਦੇ ਅਧਿਕਾਰੀ ਬਣੇ ਹੋ। ਅੱਜ ਤਾਈਂ ਜੋ ਤੁਸੀਂ ਭੈੜੀਆਂ ਕਰਤੂਤਾਂ ਕੀਤੀਆਂ ਉਹ ਮੈਂ ਸਭ ਮਾਫ਼ ਕਰਦਾ ਹਾਂ। ਸਨਮਾਨਯੋਗ ਭੈਣੋ ਅਤੇ ਵੀਰੋ, ਸਿੱਖੀ ਦੇ 3 ਨਿਯਮਾਂ, ਨਾਮ, ਦਾਨ, ਇਸਨਾਨ, ਇਹਨਾਂ 3 ਨਿਯਮਾਂ ਨੂੰ ਆਪਣੇ ਵਿੱਚ ਵਸਾ ਕੇ ਅਸੀਂ ਵਿੱਦਿਆ, ਅਰੋਗਤਾ, ਸੁੱਖ ਸੰਪਦਾ ਪਾ ਕੇ ਵੱਡੀਆਂ ਵੱਡੀਆਂ ਕੌਮਾਂ ਤੋਂ ਮਾਣ ਦੇ ਅਧਿਕਾਰੀ ਬਣ ਸਕਦੇ ਹਾਂ। ਸਤਿਗੁਰੂ ਜੀ ਦੀ ਕਿਰਪਾ ਨਾਲ ਉਹ ਸਮਾਂ ਦੂਰ ਨਹੀਂ ਹੋਵੇਗਾ ਜਦ ਸਾਡੇ ਵਿੱਚ ਬਾਬਾ ਬੁੱਢਾ ਜੀ ਅਤੇ ਭਾਈ ਮਨੀ ਸਿੰਘ ਜੀ ਜਿਹੇ ਗ੍ਰੰਥੀ, 5 ਪਿਆਰਿਆਂ ਜਿਹੇ ਜੀਵਨਦਾਨੀ, ਭਾਈ ਬਚਿੱਤਰ ਸਿੰਘ ਜਿਹੇ ਯੋਧਾ ਅਤੇ ਭਾਈ ਮਹਾਂ ਸਿੰਘ ਜੀ ਜਿਹੇ ਟੁੱਟੀ ਗੰਢਣ ਵਾਲੇ ਪੈਦਾ ਹੋ ਜਾਣਗੇ। ਮੇਰੇ ਟੁੱਟੇ ਫੁੱਟੇ ਸ਼ਬਦਾਂ ਵਿੱਚ ਅਖੇ ਕਥਨ ਦਾ ਭਾਵ ਆਪਨੇ ਬਿਨਾਂ ਸੰਸੇ ਚੰਗੀ ਤਰ੍ਹਾਂ ਸਮਝ ਲਿਆ ਹੈ, ਪਰ ਉਪਸੰਹਾਰ ਅਰਥਾਤ ਸਾਰੇ ਵਿਆਖਿਆਨ ਦਾ ਨਿਚੋੜ ਲੁਬੇ ਲੁਬਾਵ ਇਸ ਤਰ੍ਹਾਂ ਹੈ, ਜਿਤਨੇ ਗੁਰੂ ਨਾਨਕ ਪੰਥੀ ਭਾਈ ਉਦਾਸੀ, ਸਹਿਜਧਾਰੀ ਸਿੱਖ, ਅੰਮ੍ਰਿਤਧਾਰੀ ਸਿੰਘ, ਨਿਰਮਲੇ, ਨਿਹੰਗ ਸਿੰਘ, ਨਾਮਧਾਰੀਏ, ਨਿਰੰਕਾਰੀਏ ਆਦਿਕ ਅਸੀਂ ਸਾਰੇ ਹਾਂ, ਆਪਣੇ ਤਾਰੀ ਆਪਣੇ ਤਾਈਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸੰਤਾਨ ਮੰਨ ਕੇ ਆਪੋ ਵਿੱਚ ਹੀ ਭਰਾਤਰੀ ਭਾਵ ਪੈਦਾ ਕਰੀਏ। ਪੰਜਾਬੀ ਦੇ ਪ੍ਰਚਾਰ ਨੂੰ ਦੇਸ਼ ਦੀ ਨਿਗਰ ਸੇਵਾ ਸਮਝ ਕੇ ਨਵੇਂ ਗ੍ਰੰਥ ਲਿਖਣ ਲਿਖਾਣ
ਅਨੇਕਾਂ ਦੇ ਉਲੱਥੇ ਕਰਨ ਦਾ ਯਤਨ ਆਰੰਭੀਏ। ਵਿਦਿਆਦਾਨ ਨੂੰ ਮਹਾਦਾਨ ਮੰਨ ਕੇ ਆਪਣੇ ਖਰਚਾਂ ਵਿੱਚ ਸੰਕੋਚ ਕਰਕੇ ਲੜਕੇ ਲੜਕੀਆਂ ਦੀ ਉੱਚ ਵਿੱਦਿਆ ਲਈ ਵਿੱਦਿਅਕ ਸੰਸਥਾਨਾਂ ਸਕੂਲਾਂ ਕਾਲਜਾਂ ਨੂੰ ਅਜਿਹੀ ਉੱਤਮ ਰੀਤੀ ਨਾਲ ਚਲਾਈਏ ਕਿ ਪ੍ਰਬੰਧਕਾਂ ਦੀ ਮਾਇਕ ਚਿੰਤਾ ਮਿਟ ਜਾਵੇ। ਅਰ ਹੁਨਰ ਦਸਤਕਾਰੀ ਟੈਕਨੀਕਲ ਐਜੂਕੇਸ਼ਨ ਦੀ ਉਹ ਤਰੱਕੀ ਹੋਵੇ ਜਿਸ ਨੂੰ ਵੇਖ ਕੇ ਸਾਡੇ ਪੜੋਸੀ ਭਾਈ ਦੰਗ ਰਹਿ ਜਾਣ ਅਤੇ ਉਹ ਸਿੱਖਿਆ ਪ੍ਰਾਪਤ ਕਰਨ ਵਾਸਤੇ ਖੁਦ ਚੱਲ ਕੇ ਸਾਡੇ ਪਾਸ ਆਉਣ ਅਤੇ ਕੌਮ ਦਾ ਸਾਰਾ ਦਰਿੱਦਰ ਦੂਰ ਹੋ ਜਾਵੇ। ਸਿੱਖ ਧਰਮ ਦੇ ਪ੍ਰਚਾਰ ਲਈ ਧਾਰਮਿਕ ਸਿੱਖਿਆ ਦੇਣ ਵਾਲੇ ਪੁਜਾਰੀ, ਮਹੰਤ, ਐਡੀਟਰ, ਰਾਗੀ, ਉਪਦੇਸ਼ਕ, ਕਵੀ ਆਦਿ ਜਿਨ੍ਹਾਂ ਦੇ ਯਤਨਾਂ ਦੇ ਨਾਲ ਥੋੜ੍ਹੇ ਦਿਨਾਂ ਵਿੱਚ ਹੀ ਕਾਇਆ ਪਲਟ ਸਕਦੀ ਹੈ, ਅਜਿਹੇ ਪੈਦਾ ਕਰੀਏ ਜੋ ਆਲਿਮ ਹੋਣ ਦੇ ਨਾਲ ਨਾਲ ਪੂਰੇ ਆਮਿਲ ਵੀ ਹੋਣ, ਜੋ ਗਿਆਨੀ ਹੋਣ ਦੇ ਨਾਲ ਨਾਲ ਗਿਆਨ ਦੇ ਉੱਪਰ ਅਮਲ ਕਰਨ ਵਾਲੇ ਵੀ ਹੋਣ, ਜੋ ਸਾਡੇ ਵਿੱਚ ਕਿਸੇ ਵਿੱਦਿਆ ਦਾ ਪੰਡਿਤ ਹੈ ਉਹ ਜੀਵਨ ਪ੍ਰਯੰਤ ਆਪਣਾ ਧਰਮ ਸਮਝੇ ਕਿ ਆਪਣੀ ਉਮਰ ਦੇ ਤਜਰਬੇ, ਵਿੱਦਿਆ ਦੇ ਚਮਤਕਾਰ, ਗ੍ਰੰਥਾਂ ਦੇ ਗੁਪਤ ਭਾਵ ਵਿਦਿਆਰਥੀਆਂ ਅਤੇ ਵਿਦਿਆਰਥਣਾਂ ਨੂੰ ਸਿਖਾਉਣ ਲਈ ਤਤਪਰ ਹੋ ਜਾਵੇ। ਜਿਨ੍ਹਾਂ ਕੰਮਾਂ ਤੋਂ ਉਸਨੇ ਨੁਕਸਾਨ ਉਠਾਇਆ ਹੈ ਅਥਵਾ ਲਾਭ ਉਠਾਇਆ ਉਹ ਪਿਤਾ ਵਾਲੇ ਪਿਆਰ ਅਤੇ ਯੁਕਤੀ ਯੁਕਤੀ ਨਾਲ ਦੱਸ ਕੇ ਸੱਚੀ ਰਹਿਨੁਮਾਈ ਕਰੇ। ਹੁਣ ਮੈਂ ਆਪ ਦੀ ਆਗਿਆ ਲੈ ਕੇ ਆਪਣਾ ਵਿਆਖਿਆਨ ਸਮਾਪਤ ਕਰਦਾ ਹਾਂ ਔਰ ਆਪ ਦੇ ਬਖਸ਼ੇ ਹੋਏ ਮਾਣ ਦਾ ਮਨਵਾਣੀ ਤੋਂ ਫਿਰ ਧੰਨਵਾਦ ਕਰਦਾ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਵਿਚਾਰੀ ਤਾਂ ਪਰਉਪਕਾਰੀ, ਵਿਦਿਆ ਵਿਚਾਰ